ਕਾਗਜ਼ ਤੇ ਲਿਖਦੇ ਚਾਹੇ ਇੱਕ ਅੱਧਾ ਬੋਲ ਹੀ ਹੋਵੇ ਤੇਰੀ ਕੋਈ ਫੋਟੋ ਦੇ ਜੋ ਬਸ ਮੇਰੇ ਕੋਲ ਹੀ ਹੋਵੇ ਕੱਢ ਕੇ ਤੂੰ ਟਾਈਮ ਆਈ ਵੇ ਦੁਨੀਆ ਤੋਂ ਵੇਲ ਵੇ ਲੈ ਕੇ ਕਿਸੇ ਦਿਨ ਬਹੁਤ ਤੇਰੇ ਨਾਲ ਗੱਲਾਂ ਨੇ ਕਰਨੀਆਂ ਬਹਿ ਕੇ ਇਸ ਕੰਮ ਤੋਂ ਜੀ ਨਹੀਂ ਭਰਦਾ ਦਰਵਾਜ਼ਾ ਬੰਦ ਕਰ ਲੈਣਾ ਖੁਸ਼ੀ ਵਿੱਚ ਬੈਠਿਆਂ ਨੇ ਬਸ ਤੈਨੂੰ ਹੀ ਸੋਚਦੇ ਰਹਿਣਾ ਸਾਨੂੰ ਤਾਂ ਸਮਝ ਨਹੀਂ ਆਉਂਦੀਆਂ ਤੇਰੀਆਂ ਜਾਦੂਗਰੀਆਂ ਤੇਰੇ ਤੱਕ ਪਹੁੰਚਣ ਤੇਰੀ ਫੋਟੋ ਨਾਲ ਗੱਲਾਂ ਕਰੀਆਂ ਇਹ ਸਭ ਤੋਂ ਕੀਮਤੀ ਗੱਲ ਹੈ ਮਨ ਸੋਚਦਾ ਖੋ ਜਾਂਦਾ ਏ ਤੂੰ ਕਹਿ ਦੇ ਇੱਕ ਹੋ ਜਾਂਗੇ ਜੋ ਕਹਿਣਾ ਹੋ ਜਾਂਦਾ ਏ ਰੀਝਾਂ ਨੇ ਮੁੱਕਣਾ ਹੈ ਕਦ ਬੇਸ਼ੱਕ ਰੱਬ ਸਭ ਕੁਝ ਦਿੱਤਾ ਕਿੰਨੀਓ ਕਿਸਮਤ ਵਾਲੇ ਜਿੰਨਾ ਤੇਰਾ ਜੂਠਾ ਪੀਤਾ ਬੱਚਾ ਦਿਲ ਖੁਸ਼ ਹੋ ਜਾਂਦਾ ਇੱਕ ਹਿੱਸਾ ਕੱਢ ਦਿਆ ਕਰਨਾ ਕੁੱਟਿਆ ਖਰੀ ਚਾਹ ਤੇਰੀ ਦਾ ਸਾਡੇ ਲਈ ਛੱਡ ਦਿਆ ਕਰਨਾ ਜਾਦਾ ਡੂੰਘਾ ਨਹੀਂ ਐਵੇਂ ਸਵਾਲ ਸਧਾਰਨ ਪੁੱਛਣਾ ਤੈਨੂੰ ਮਿਲ ਕੇ ਜੋ ਪੈਂਦੀ ਉਹ ਠੰਡ ਦਾ ਕਾਰਨ ਪੁੱਛਣਾ ਤੈਨੂੰ ਮਿਲ ਕੇ ਜੋ ਪੈਂਦੀ ਉਹ ਠੰਡ ਦਾ ਕਾਰਨ ਪੁੱਛਣਾ ਹੁਣ ਤਾਂ ਕੋਈ ਚੱਕਰ ਨਹੀਂ ਬਸ ਹੌਸਲਾ ਭਰਿਆ ਸੀ ਜਿਸ ਦਿਨ ਤੂੰ ਮੇਰੇ ਮੋਢੇ ਉੱਤੇ ਹੱਥ ਧਰਿਆ ਸੀ ਬਿਆਨ ਨਹੀਂ ਹੋਣੇ ਸਾਡੇ ਇਸ਼ਕਾਂ ਦੇ ਹਾਲਾਂ ਦੇ ਅਸੀਂ ਤੈਨੂੰ ਜਾਣਦੇ ਲੱਗਦੇ ਪੰਜ ਸੱਤ ਸੌ ਸਾਲਾਂ ਦੇ ਜਿਹੜੇ ਰੰਗ ਤੂੰ ਨਹੀਂ ਪਾਉਂਦਾ ਅਸੀਂ ਵੀ ਪਾਉਂਦੇ ਨਹੀਂ ਜੀਨੂੰ ਤੂੰ ਹੱਥ ਲਾਇਆ ਸੀ ਲੌਕਿਟ ਹੁਣ ਲਾਉਂਦੇ ਨਹੀਂ ਖੁਸ਼ਬੂ ਦੀ ਇੱਛਾ ਸੱਜਣਾ ਪਾਗਲ ਜਿਹੀਆਂ ਰੀਝਾਂ ਨੂੰ ਇੱਕ ਵਾਰੀ ਹੱਥ ਤੁਲਾ ਦੇ ਮੇਰੀਆਂ ਕਮੀਜ਼ਾਂ ਨੂੰ ਜਿਸ ਵੇਲੇ ਤੂੰ ਗੱਲ ਕੀਤੀ ਸਾਡੇ ਲਈ ਘੜੀਆਂ ਖੜੀਆਂ ਕਿਤਾਬਾਂ ਪਾੜ ਕੇ ਸੁੱਟੀਆਂ ਜਦੋਂ ਤੇਰੀ ਅੱਖਾਂ ਪੜੀਆਂ ਮਹਿਸੂਸ ਰਵੇ ਤੂੰ ਹੁੰਦਾ ਚਿਹਰੇ ਤੇ ਖੇੜੇ ਰੱਖਦੇ ਕੋਈ ਨਾ ਕੋਈ ਚੀਜ਼ ਤੇਰੀ ਅਸੀਂ ਹਰ ਵੇਲੇ ਨੇੜੇ ਰੱਖਦੇ ਲੋਕਾਂ ਨੂੰ ਬੋਲਣਾ ਪੈਂਦਾ ਜਦੋਂ ਵੀ ਕੋਲੇ ਬਹਿੰਦੇ ਇਹ ਕੈਸੀ ਗੱਲ ਹੈ ਆਪਾਂ ਕਿੰਨਾ ਚਿਰ ਚੁੱਪ ਰਹਿ ਲੈਂਦੇ ਜਾਦਾ ਉਹ ਨਿੱਕ ਦਿੰਦੀ ਹੈ ਕਿਉਂਕਿ ਤੈਨੂੰ ਚਾਹੁੰਦੇ ਹਾਂ ਇੱਕ ਤੂੰ ਜੋ ਕੋਟੀ ਦਿੱਤੀ ਉਹ ਰਾਤ ਨੂੰ ਪਾਉਂਦੇ ਹਾਂ ਦੇਖਣ ਵਾਲਾ ਤੈਨੂੰ ਦਿਖਾਉਣਾ ਚਾਹੁੰਦੇ ਤੈਨੂੰ ਖੁਸ਼ ਕਰਦੇ ਜ਼ਿੰਦਗੀ ਲੰਘਾਉਣਾ ਚਾਹੁੰਦੇ ਨਾਲ ਕਸ਼ਮੀਰ ਗਏ ਸੀ ਉਂਝ ਤਾਂ ਪਹਾੜ ਸੀ ਪਾ ਗਏ ਅਸੀਂ ਕਸ਼ਮੀਰ ਜਾ ਕੇ ਵੀ ਤੈਨੂੰ ਹੀ ਦੇਖ ਕੇ ਆ ਗਏ ਮੰਗੋਲ ਮੈਦਾਨਾਂ ਦੇ ਵਿੱਚ
ਤੇਰੇ ਨਾਲ ਕਰਨੀਆਂ ਸੈਰਾਂ, ਤੇਰੇ ਪੈਰਾਂ ਨੂੰ ਚੁੰਮਣ ਅਰਬ ਸਾਗਰ ਦੀਆਂ ਲਹਿਰਾਂ, ਦਿਸਦੇ ਸਭ ਤਾਰੇ ਹੋਵਣ ਅੱਖਾਂ ਵਿੱਚ ਪਾਣੀ ਭਰੀਏ, ਰਾਤੀ ਬੈਲੇ ਲਦਾਖ ਚ ਬ੍ਰਹਿਮੰਡ ਦੀਆਂ ਗੱਲਾਂ ਕਰੀਏ, ਤੁਰਕ ਦੇ ਗੋਲ ਗੁਬਾਰੇ ਤੇ ਬਾਗ ਸਪੇਨ ਦੇ ਸੋਹਣੇ, ਤੇਰੇ ਨਾਲ ਸਾਰੇ ਰਸਤੇ ਮੰਜ਼ਿਲ ਤੋਂ ਵੱਧ ਕੇ ਹੋਣੇ, ਸ਼ਮਸ ਤਬਰੇਜ਼ ਤੇ ਜਾ ਕੇ ਈਰਾਨ ਚ ਰੂਮੀ ਪੜਨਾ, ਵਗਦੀ ਹੋਈ ਵੋਲਗਾ ਕੰਢੇ ਅੱਖਾਂ ਬੰਦ ਕਰਕੇ ਖੜਨਾ, ਨੌਰਵੇ ਲਾਈਟਾਂ ਥੱਲੇ ਤੈਨੂੰ ਦੇਖਣਾ ਚਾਹੀਏ ਵੇ, ਕੁਦਰਤ ਨੂੰ ਕੁਦਰਤ ਵਰਗਾ ਦਿਖਾ ਕੇ ਲਿਆਈਏ ਵੇ, ਤੂੰ ਲਿਖਿਆ ਜਾ ਨਹੀਂ ਸਕਦਾ ਇਹ ਨਹੀਂ ਕੋਈ ਲਿਖਦਾ ਹੀ ਨਹੀਂ, ਤੇਰੇ ਜਾ ਹੋਣਾ ਕੀ ਕੋਈ ਤੇਰੇ ਜਾ ਦਿਖਦਾ ਹੀ ਨਹੀਂ। ਲੋਕਾਂ ਤੋਂ ਅੱਖ ਬਚਾ ਕੇ ਅੱਖਾਂ ਨੂੰ ਪਰਦੇ ਆਵੇ, ਹੋਰਾਂ ਕੋਲ ਬਹਿ ਕੇ ਬੱਬੂ ਤੇਰੀ ਗੱਲ ਕਰਦੇ ਆਵੇ, ਤੇਰੀ ਗੱਲ ਕਰਦੇ ਆਵੇ, ਅਗਲੇ ਸਮਿਆਂ ਵਿੱਚ ਖਬਰੇ ਕੀ ਬਣਨਾ ਟੈਣਾ ਹੈ।